ਮੋਗਾ ਦੇ ਕਸਬਾ ਬਦਨੀ ਕਲਾਂ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਣਖ ਖਾਤਰ ਇੱਕ ਨੌਜਵਾਨ ਗੁਲਾਬ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੇ ਬਦਨੀ ਕਲਾਂ ਦੀ ਹੀ ਕੁੜੀ ਨਾਲ 1 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ, ਪਰ ਸਹੁਰਾ ਪਰਿਵਾਰ ਨੂੰ ਇਹ ਗੱਲ ਨਾਗਵਾਰ ਗੁਜ਼ਰੀ ਅਤੇ ਮ੍ਰਿਤਕ ਦੇ ਸਹੁਰੇ ਸੇਵਕ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਉਪਰੰਤ ਫਾਇਰਿੰਗ ਕਰਕੇ ਨੌਜਵਾਨ ਗੁਲਾਬ ਸਿੰਘ ਨੂੰ ਮੌਕੇ ਤੇ ਹੀ ਮਾਰ ਮੁਕਾਇਆ। ਕਹਿੰਦਾ ਬਾਈ ਜੀ ਇਕੱਲਾ ਇਹ ਘਰੋਂ ਠੰਡਾ ਲੈਣ ਆਇਆ, ਕਹਿੰਦਾ ਮੇਰਾ ਦਿਲ ਮੱਚੀ ਜਾਂਦਾ, ਮੈਂ ਠੰਡਾ ਲੈ ਆਵਾਂ ਘਰੋਂ ਠੰਡਾ ਲੈਣ। ਮੈਂ ਕਿਹਾ ਚੱਲ ਮੈਂ ਲਿਆ ਦਿੰਦਾ। ਕਹਿੰਦਾ ਨਹੀਂ ਮੈਂ ਲਿਆਉਣਾ, ਆ ਰਹੀ ਦੁਕਾਨ 'ਤੇ ਘਰੋਂ ਠੰਡਾ ਲੈਣ ਆਇਆ ਸੀ। ਠੰਡਾ ਲੈਣਾ ਨੇ ਇੱਥੇ 15 ਜਣਿਆਂ ਨੇ ਘੇਰ ਕੇ ਹਥਿਆਰਾਂ ਦੇ ਨਾਲ ਵੱਢ ਟੁੱਕ ਦਿੱਤਾ। ਗੁਲਾਬ ਸਿੰਘ ਜਿਹੜਾ ਹੈ ਜਿਹਦਾ ਮਰਡਰ ਹੋਇਆ, ਇੱਥੋਂ ਲੋਕ ਕਲੱਬ ਨੇ ਗੁਆਂਢ ਤੋਂ ਹੀ ਲੜਕੀ ਲੈ ਗਿਆ ਸੀ, ਉਹਦੇ ਨਾਲ ਲਵ ਮੈਰਿਜ ਕਰਾਈ ਸੀ ਕੋਰਟ ਮੈਰਿਜ। ਉਸ ਤੋਂ ਬਾਅਦ ਦੇ ਵਿੱਚ ਇਹ ਕਿਤੇ ਬਾਹਰ ਰਹਿੰਦਾ ਰਿਹਾ, ਹੁਣ 3-4 ਦਿਨ ਪਹਿਲਾਂ ਇੱਥੇ ਆਣ ਕੇ ਰਹਿਣ ਲੱਗਿਆ ਅਤੇ ਉਹ ਜਿਹੜੇ ਸੀ ਲੜਕੀ ਦੇ ਵਾਰਸ, ਉਹਨਾਂ ਨੇ ਇਹਦਾ ਮਰਡਰ ਕਰਤਾ। ਜੋ ਸਟੇਟਮੈਂਟ ਲਿਖਾਉਣਗੇ ਕਰਦੇ ਉਹਦੇ ਬਿਆਨ 'ਤੇ ਕਾਰਵਾਈ ਕੀਤੀ ਹੈ, ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਊਗੀ। ਸੋ ਫੋਕੀ ਅਣ ਖਾਤਰ ਇੱਕ ਹੋਰ ਨੌਜਵਾਨ ਨੂੰ ਆਪਣੀ ਜ਼ਿੰਦਗੀ ਗੁਆਉਣੀ ਪਈ ਹੈ। ਮੋਗਾ ਤੋਂ ਸਭਾਜੀਤ ਪੱਪੂ, ਪਹਿਰੇਦਾਰ TV।